ਅਸਲਾਮ ਵਾਲੇਕੁਮ ਦੋਸਤੋ, ਕਿਆ ਹਾਲ? ਉਮੀਦ ਕਰਦਾ ਸਭ ਖੈਰੀ ਸੇ ਹੋਗੇ। ਲਓ ਜੀ ਜਨਾਬ, ਅਸੀਂ ਮੌਜੂਦ ਹਾਂ ਇਸ ਵਕਤ ਬਾਬਰ ਪਿਜਨ ਕਲੱਬ ਕੀ ਛੱਤ ਪੇ, ਨਿਊ ਛੱਤ ਪੇ ਜੀ। ਨਿਊ ਕੇਜ ਬਣ ਰਹੇ ਹਾਂ ਜੀ, ਮਾਸ਼ਾਅੱਲਾ ਜੀ। ਮਿਸਤਰੀ ਜ਼ੋਰੋ ਸ਼ੋਰ ਸੇ ਲਗਾ ਹੋਇਆ, ਬਲਕਿ ਇੱਕ ਦੂਸਰਾ ਵੀ ਲੱਗਾ। ਹਾਂਜੀ ਭਾਅ ਜੀ, ਹੈਲੋ। ਇਹ ਕਿੱਦਾਂ ਦਾ ਸ਼ੁਰੂ ਕੀਤਾ ਇਹ ਕੰਮ? ਅੱਛਾ, ਬਣਾਉਣਾ ਅੱਜ ਕੀਤਾ ਸ਼ੁਰੂ? ਪਹਿਲਾਂ ਸੋਚਿਆ ਸੀ ਬਸ, ਹੈ ਨਾ? ਨਹੀਂ, ਸੋਚਦੇ ਹਾਂ ਤੇ ਬੱਚਿਆਂ ਕਬੂਤਰਾਂ ਦੀ ਬਾਜ਼ੀ ਵੀ ਜਿੱਤ ਗਏ ਆ। ਸੋਚਦੇ ਸਾਰਾ ਕੁਝ ਹੋ ਗਿਆ, ਸੋਚਦੇ ਅੱਛਾ ਬਾਬਰ ਸਾਹਿਬ, ਉਹ ਸਾਈਡ ਤੇ ਕੰਮ ਨਹੀਂ ਸੀ ਚੱਲਦਾ, ਖੁੱਡੇ ਛੁੱਡੇ ਬਣਾ ਬਣੂ ਕੇ, ਯਾਨੀ ਕਿ ਉਹਦੇ ਨਾਲ ਹੀ ਅਗਰ ਕੋਈ ਖੁੱਡਾ ਬਣ ਜਾਂਦਾ ਤੇ? ਅੱਛਾ, ਬਾਕੀ ਮਾਇੰਡ ਇੱਧਰ ਦਾ ਬਣਿਆ ਸੀ? ਨਹੀਂ, ਤਿਆਰੀ ਸਾਰੀ ਇੱਧਰ ਦੀ ਸੀ ਨਾ, ਗਾਰਡਰ ਥੱਲੇ ਇੱਧਰ ਪਾਇਆ ਸੀ ਸਾਰੇ ਤੇ, ਯਾਨੀ ਕਿ ਮਾਇੰਡ ਹੀ ਇਸ ਸਾਈਡ ਦਾ, ਇਹਨਾਂ ਕਹਿਆ ਸਾਈਡ ਤੇ ਖੁੱਡੇ ਬਣਾਉਣੇ ਨੇ, ਇਹ ਸਾਈਡ ਵਾਲ ਬਣਾਉਣੇ ਨੇ। ਸਰ ਜੀ, ਪਤਾ ਕੀ ਚੀਜ਼ ਹੈ? ਹਾਂਜੀ, ਇੱਥੋਂ ਨੂੰ ਦੀਵਾਰ ਹੋ ਜਾਣੀ ਨਾ ਸਾਡੀ, ਪਿੱਛੋਂ ਆ ਜਗ੍ਹਾ ਸੇਵ ਹੋ ਜਾਣੀ, ਸਾਡੇ ਪਰਿੰਦੇ ਸੇਵ ਹੋ ਜਾਣੇ। ਠੀਕ ਹੋ ਗਿਆ, ਠੀਕ ਆਵੇ ਨਾ ਜਾਵੇ, ਅਸਾਂ ਖੁੱਡੇ ਬਣਾ ਕੇ ਨਾ 6 ਫੁੱਟ ਹਾਈਟ ਕਰਕੇ ਇਹਨਾਂ ਦੀ। ਹਾਂਜੀ, 3 ਫੁੱਟ ਥੱਲੇ ਵੀ ਹਾਈਟ ਆ, ਦੇਖੋ। ਹਾਂਜੀ, 9 ਫੁੱਟ ਉੱਪਰ, ਹਾਂ 4 ਫੁੱਟ ਦਾ ਪਰਦਾ ਲਾਣਾ ਖੁੱਡਿਆਂ ਦੇ ਵੀ, ਖੁੱਡਿਆਂ ਦੇ ਉੱਤੇ 4 ਫੁੱਟ ਦਾ ਪਰਦਾ ਲਾਣਾ। ਉਹਦਾ ਕੀ ਮਕਸਦ ਲਾਣ ਦਾ? ਉਹਦਾ ਮਕਸਦ ਬੜਾ ਹੈ, ਉਹ ਜਦੋਂ ਲੱਗੇਗਾ ਨਾ ਉਦੋਂ ਪਤਾ ਚੱਲੇਗਾ। ਅੱਛਾ ਅੱਛਾ, ਬਸ ਕੰਮ ਹੋਲਡੇ ਤੇ ਵੇ। ਸਹੀ, ਯਾਨੀ ਕਿ ਤੁਸੀਂ, ਤੁਹਾਡਾ ਕਹਿਣ ਦਾ ਮਤਲਬ 6 ਫੁੱਟ ਤੋਂ ਖੁੱਡੇ ਕਰਨੇ ਨੇ, ਉਹਦੇ ਉੱਤੇ 4 ਫੁੱਟ ਪਰਦੇ ਕਰਨੇ ਨੇ, ਪਰਦਿਆਂ ਉੱਤੇ 2 ਫੁੱਟ ਤੋਂ ਮਾਸ ਕੱਢਣੇ ਨੇ, 3 ਫੁੱਟ ਉਹਨਾਂ ਦੇ ਬੀਮਾ ਲਾਣੀਆਂ ਨੇ। ਨਹੀਂ ਨਹੀਂ, ਮੈਂ ਕਿਹਾ ਸਾਰਾ ਦੋਸਤਾਂ ਨਾਲ ਸ਼ੇਅਰ ਕਰ ਛੱਡੀ ਨਾ ਕਿ ਇਹ ਸਕੀਮ ਤੇ ਬਾਬਰ ਸਾਹਿਬ ਚੱਲ ਰਹੇ ਨੇ। ਤੁਹਾਡੇ ਨਾ ਮਤਲਬ ਮੌਸਮ ਤੋਂ ਉਸ ਦੇ ਵਿੱਚ ਸ਼ੁਰੂ ਕੀਤੇ ਨੇ ਖੁੱਡੇ, ਤੇ ਕੋਈ ਹੁਣ ਕੋਈ 15-20 ਦਿਨ ਕਬੂਤਰ ਨਾ ਵਿੱਚ ਕਰਿਆ ਜੀ ਇਹਨਾਂ ਦੇ? ਸਾਡੇ ਮੌਸਮ ਇਸੇ ਚ ਸ਼ੁਰੂ ਹੁੰਦੇ ਨੇ, ਤੁਹਾਡੇ ਵੀ ਇਸੇ ਚ ਹੀ ਹੁੰਦੇ ਨੇ? ਹਾਂਜੀ, ਆ ਮੌਸਮ ਦਾ ਕੰਮ ਪੱਕਾ ਹੁੰਦਾ। ਨਹੀਂ ਨਹੀਂ, ਉਦਲੇ ਖੁੱਡੇ ਪਤਾ ਹੀ ਕਿਹੜੇ ਮੌਸਮ ਸ਼ੁਰੂ ਕੀਤੇ ਸਨ? ਉਹ ਪਤਾ 10 ਸੀਟਾਂ ਲਾ ਕੇ ਬਹਿ ਜਾਣਾ, ਪਾਣੀ ਲਿਓ ਪਾਣੀ। ਮੇਰੇ ਖਿਆਲ ਨਾਲ ਸਾਂ ਜੇਠ ਹਾੜ ਚ ਕੀਤੇ ਸਨ, ਹਾੜ ਦੇ ਵਿੱਚ। ਹਾਂਜੀ, ਹਾੜ ਦੇ ਵਿੱਚ ਖੁੱਡੇ ਬਣੇ ਸਨ ਉੱਪਰ ਵਾਲੇ। ਹਾਂਜੀ, ਹਾੜ ਦੇ ਵਿੱਚ, ਹਾੜ ਦੇ ਵਿੱਚ। ਲਓ ਦੋਸਤੋ, ਇਹ ਜੀ ਕੇਜ ਬਣਾ ਰਹੇ ਨੇ ਬਾਬਰ ਸਾਹਿਬ। ਇਹ 3 ਕੇਜ ਦੀ ਅੰਨੀਆਂ ਰੱਖੀਆਂ ਗਈਆਂ ਨੇ, ਬੁਨਿਆਦ ਜਿਹੜੀ ਇਹ ਅੰਨੀਆਂ, ਆਹ 3 ਕੇਜਾਂ ਦੀ ਰੱਖੀਆਂ ਗਈਆਂ ਨੇ ਜੀ। ਇਸ ਉੱਤੇ ਜੀ ਜਾਲ ਉੱਤੇ ਰੱਖਣਾ, ਹਾਂ ਜਾਲ ਉੱਤੇ ਰੱਖ ਦਿਆ ਜੀ। ਸਹੀ ਹੋ ਗਿਆ, ਸਹੀ ਹੋ ਗਿਆ। ਮਾਸ਼ਾਅੱਲਾ, ਮੈਂ ਨਾ ਜਿਹੜਾ ਜਿੱਤਿਆ ਜੁੱਤੇ ਸਾਰੇ ਇੱਥੇ ਲਾ ਦੇਵੋ। ਯਾਦ ਕਰ ਲੋ, ਮੇਰੇ ਕੋਲ ਅੱਜ ਵੀ ਵੀਡੀਓ ਪਈ ਜਿਸ ਦਿਨ ਮੈਂ ਵੀਡੀਓ ਬਣਾ ਰਿਹਾ ਪਰਦੇਸੀ ਨੂੰ। ਅੱਛਾ, ਉਹ ਸਕੂਲ ਦੇ ਵਿੱਚ, ਸਕੂਲ ਦੇ ਵਿੱਚ, ਬਿਲਕੁਲ ਬਿਲਕੁਲ, ਉਹ ਠੀਕ ਹੈ। ਲਓ ਜੀ ਇਹ ਵੇਖੋ ਜੀ, ਇਹ ਆ ਜਾਓ ਪਰਦੇਸੀ ਸਾਹਿਬ, ਚਲ ਆਓ, ਤੁਹਾਨੂੰ ਖਵਾਉਣਾ ਕੁਛ ਹੈ, ਆ ਜਾਓ ਆ ਜਾਓ। ਕੇਕ ਸ਼ੇਕ ਆ ਜਾ, ਸਾਰਾ ਕੁਛ ਹੈ, ਕੇਕ ਬੋਤਲ। ਨਹੀਂ ਨਹੀਂ ਹੈ ਵੀ, ਆ ਜਾ। ਲਓ ਜੀ ਬਾਬਰ ਸਾਹਿਬ, ਹਾਂ ਕਰ ਦਿੱਤੀ ਹੈ, ਪਰਦੇਸੀ ਨੂੰ ਖਵਾਇਆ ਪਿਆ ਕਰੋ ਜਨਾਬ।
ਕਰੋ, ਤੁਹਾਨੂੰ ਚਾਹੀਦਾ ਸੀ ਲੈ ਕੇ ਆਂਦੇ। ਅੱਛਾ 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 ਅੱਛਾ, ਮੈਂ ਲੈ ਕੇ ਆਨਾ ਵਾ, ਕੋਈ ਗੱਲ ਨਹੀਂ, ਤੁਸੀਂ ਲੈ ਕੇ ਆਂਦੇ। ਤੁਸੀਂ ਮੈਂ ਨਾ ਜੀ ਹੁਣ ਹੀ ਆ ਜਾਂਦੀ, ਹਰ ਚੀਜ਼ ਆਂਦੀ ਆਂਦੇ, ਉਹ ਤਾਂ ਮਠਿਆਈ ਦਾ ਡੱਬਾ ਆ ਜਾਂਦਾ। ਡੱਬਾ ਨਹੀਂ ਚਾਹੀਦਾ। ਹਾਂਜੀ, ਬਸ 4 ਕੁ ਦਾਣੇ ਚਾਹੀਦੇ ਨੇ, ਮੈਨੂੰ ਭੁੱਖ ਬੜੀ ਲੱਗੀ। ਮੈਂ ਪੂਰਾ ਡੱਬਾ ਲਿਆਉਣਾ ਨਾ ਕਿਲੋ ਦਾ, ਫਿਰ ਉਸਤਾਦਾਂ ਦਾ ਵੀ ਖਿਆਲ ਕਰਿਆ ਕਰੋ ਨਾ, ਮੈਂ ਤੁਹਾਨੂੰ ਅੱਗੇ ਵੀ ਆਖਿਆ ਕਿ ਉਸਤਾਦਾਂ ਦਾ ਖਿਆਲ ਕਰਿਆ ਕਰੋ। ਉਸਤਾਦ ਭੱਜ ਕੇ ਵਿੱਚ ਆ ਜਾਂਦੇ, ਠੀਕ ਹੈ। ਇਹ ਨਾ ਬਾਰ ਸਾਹਿਬ ਤੁਸੀਂ ਮਾਸ਼ਾਅੱਲਾ ਬੜੇ ਅੱਛੇ ਜੋੜੇ ਬਣਾਏ ਨੇ, ਬੜੇ ਅੱਛੇ ਤੁਹਾਡੇ ਪਰਿੰਦੇ ਨੇ, ਕੋਈ ਪਰਿੰਦਾ ਗਿਫਟ ਵੀ ਕਰਿਆ ਕਰੋ। ਚਲੋ ਜੀ, ਉਹ ਤਾਂ ਵੇਖੋ ਨਾ ਸਾਡੇ ਭਾਈ ਸਨ, ਉਹਨਾਂ ਤੋਂ 4 ਵੀ ਲੈ ਜਾਂਦੇ, ਕੋਈ ਟੈਨਸ਼ਨ ਨਹੀਂ ਸੀ। ਬਸ ਇਹ ਚੀਜ਼ ਹੈ ਨਾ, ਉਹ ਲੈ ਗਏ ਸਮਝੋ ਸਾਰਿਆਂ ਦੀ ਅੱਗ ਮਾਰ। ਨਹੀਂ ਨਹੀਂ, ਅੱਲਾ ਲਿਓ ਉਹਨਾਂ ਵਾਸਤੇ ਤਾਂ ਜਾਨ ਵੀ ਆਦਰ ਹੈ। ਅਲੀ ਭਾਈ ਨੇ, ਅਲੀ ਭਾਈ ਸਾਡੇ, ਅਸੀਂ ਆਦਰ, ਅਸੀਂ ਜਨਾਬ ਹੋਰ ਵੀ ਆਦਰ ਉਹਨਾਂ ਵਾਸਤੇ, ਜਦੋਂ ਮਰਜ਼ੀ ਆ ਗਏ ਫਿਰ ਵੀ ਅਸੀਂ ਹੋਰ ਪਰਿੰਦੇ ਭੇਜ ਦਿਆਂਗੇ। ਨਹੀਂ ਨਹੀਂ, ਇੱਥੇ ਕੋਈ ਬੰਦਾ ਆਵੇ ਨਾ ਬੱਚੇ ਤੁਹਾਡੇ ਕੋਲੋਂ ਲੈਣ ਵਾਸਤੇ ਕਿ 40 ਨੰਬਰਾਂ ਦੇ ਦੇ ਦਿਓ। ਹਾਂਜੀ, ਉਦੋਂ ਤੁਸੀਂ ਬੋਲਦੇ ਮੈਂ ਤਾਂ ਦਿੰਦਾ ਹੀ ਕੋਈ ਨਹੀਂ, ਮੈਂ 40 ਨੰਬਰ ਤੇ ਤੁਹਾਡੇ ਹਿਸਾਬ ਨਾਲ ਮੈਂ ਕਿਸੇ ਕਦੀ 40 ਨੰਬਰ ਕਿਸੇ ਨੂੰ ਦਿੱਤੇ ਨੇ? ਮੈਂ ਕੀ ਗਲਤ ਕਰਨਾ ਪਿਆ? ਸਾਰੀ ਗੱਲ ਵੇਖੋ ਨਾ, ਜਦੋਂ ਇੱਕ ਨਈ ਚੀਜ਼ ਕਿਸਮ ਦੇ ਦੀ, ਅਲੀ ਭਾਈ ਯਾਰ ਉਹਨਾਂ ਵਾਸਤੇ ਉਹ ਵੀ ਹਾਜ਼ਰ ਨੇ। ਨਹੀਂ ਬਸ ਤੁਹਾਡੇ ਵਾਸਤੇ ਦੱਸੋ, ਜਾਓ ਉੱਥੇ ਲੈ, ਜਿਹੜਾ ਦਿਲ ਕਰਦਾ ਲੈ। ਮੈਂ ਨਹੀਂ ਆਉਂਦਾ। ਨਹੀਂ ਬਾਬਾ ਸਾਹਿਬ ਮੇਰੀ ਗੱਲ ਸੁਣੋ, ਮੈਨੂੰ ਦੱਸੋ, ਇੰਨੀ ਸਾਲ 5-6 ਸਾਲ ਹੋ ਗਏ, ਮੈਨੂੰ ਦੱਸੋ ਮੈਂ ਕਦੋਂ ਤੁਹਾਡੇ ਕੋਲ ਜਾ ਕੇ ਲਿਆਓ ਜੀ ਬਾਬਾ ਸਾਹਿਬ, ਔਰਾ ਫੜਾਓ। ਮੈਂ ਕਦੀ ਲਿਆ ਹੀ ਨਹੀਂ ਤੁਹਾਡੇ ਕੋਲ। ਨਹੀਂ ਨਹੀਂ, ਮੇਰੀ ਗੱਲ ਕਰੋ ਨਾ, ਇੰਜ ਕਦੀ ਲਿਆ ਹੀ ਨਹੀਂ। ਵੇਖੋ ਮੈਂ ਤੁਹਾਡੇ ਤੋਂ ਫ੍ਰੀ ਲਵਾਂਗਾ, ਤੁਸੀਂ ਮੇਰੇ ਤੋਂ ਲਵਾਂਗੇ। ਮੈਂ ਨਾ ਤੁਸੀਂ ਬੇਤੜਕ ਹੋ ਕੇ, ਮੈਂ ਨਾ ਬੇਤੜਕ ਹੋ ਕੇ ਜਾ ਕੇ ਨਾ, ਇੱਕ ਲੱਗੇ ਚੰਗਾ, ਦੋ ਚੰਗੇ ਲੱਗਣ, ਆ ਬੰਦੇ ਇੰਨੇ ਸੁਣਦੇ, ਜੇ ਮੈਂ ਕਰਦਾ ਸੀ ਵੀ ਚਾਬੀ ਮੇਰੇ ਜੇਬ 'ਚ ਜਾ ਕੇ ਲੈ, ਮੈਂ ਇੱਥੋਂ ਜਾਵਾਂਗਾ ਵੀ ਨਾ, ਤੁਸੀਂ ਫੜ ਕੇ ਲੈ ਆਵੋ। ਠੀਕ ਹੈ, ਅਤੇ ਬਾਅਦ 'ਚੋਂ ਮੈਂ ਤੁਹਾਡੇ ਕੋਲ ਨਹੀਂ ਮੰਗਾਂਗਾ। ਮੈਂ ਕਿਹਾ ਮੈਂ ਨਹੀਂ ਮੰਗਾਂਗਾ ਯਾਰ, ਮੈਂ ਜਦੋਂ ਵੇਖੋ ਇੱਕ ਗੱਲ ਕਰਨਾ, ਤੁਸੀਂ ਆਖਿਆ ਕਿ ਤੁਸੀਂ ਕਦੀ ਮੈਨੂੰ ਦਿੱਤਾ ਉਂਝ, ਤੁਹਾਨੂੰ ਆਖਿਆ ਜਾਓ ਜਿਹੜਾ ਮਰਜ਼ੀ ਲਿਆਓ, ਮੈਂ ਇੱਥੇ ਖਲੋਣਾ, ਤੁਸੀਂ ਚਾਬੀ ਲੈ ਜਾਓ। ਲਓ ਦੋਸਤੋ, ਇਹ ਵੇਖ ਲਓ, ਇੰਨੀ ਆਫਰ ਬੰਦੇ ਨੂੰ ਕਰਾ ਛੱਡੀ, ਬੰਦਾ ਫਿਰ ਵੀ ਨਹੀਂ ਜਾ ਰਿਹਾ। ਬੰਦਿਆਂ ਨੂੰ ਕੀ ਪਤਾ ਹੋਵੇ, ਮੈਂ ਕਿਹੜੀ ਵਜ੍ਹਾ ਤੁਹਾਡੇ ਕੋਲ ਬੱਚੇ ਦਾ ਇੱਕ ਪਰ ਵੀ ਲਈਏ ਤੇ ਮੁੰਡੇ ਮਾਫੀ ਦਿੰਦੇ ਪਏ, ਉਹ ਬੱਚਾ ਇੱਕ ਵੇਖ ਕੇ ਮਹੱਲੇ ਕੱਲ ਲੈ ਕੇ ਆਇਆ ਵਾ, ਤੇ ਬੋਲਦੇ ਪਿਆ ਕਿ ਉਹ ਦੇ ਦਿਓ ਸਾਨੂੰ। ਬਾਬਾ ਸਾਹਿਬ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡਾ ਮਜ਼ਾਕ ਲੱਗੇ ਨਾ, ਕਦੀ ਤੁਹਾਡੇ ਕੋਲ ਪਰਿੰਦਾ ਖੜਿਆ ਨਹੀਂ ਹੈ। ਮਾਸਟਰ ਸਾਹਿਬ ਉਸਤਾਦ ਬੰਦੇ ਨੇ, ਉਸਤਾਦਾਂ ਤੇ ਕਦੀ ਨਾ ਵਿਸ ਹੋਇਆ ਸੀ ਭਾਜੀ, ਕਿੱਥੋਂ ਉਸਤਾਦ ਹੋ ਗਿਆ ਇਹ ਦੱਸੋ ਨਾ, ਅਸੀਂ ਕਿਤਲੋ ਉਸਤਾਦ ਹੋ ਗਏ ਇਹ ਦੱਸੋ। ਅਸੀਂ ਉਸਤਾਦੀ ਲਾਣੀ ਹੈ, ਤੁਹਾਡਾ ਰਗੜਾ ਨਿਕਲ ਜਾਣਾ ਵਿੱਚ ਹੀ ਰਗੜਾ। ਹਾਂਜੀ, ਉਹ ਸਿਆਣੇ ਆ ਨਾ, ਜਦੋਂ ਮਾਰਦੇ ਨੇ ਅਗਲੇ 10 ਕਿ ਨਹੀਂ ਮਾਰਦੇ। ਅੱਛਾ ਪਰਦੇਸੀ ਸਾਹਿਬ, ਤੁਸੀਂ ਅਗਲੇ ਦਿਨ ਮੈਨੂੰ ਪਰਿੰਦਾ ਦਿੱਤਾ ਹੈ? ਹਾਂਜੀ, ਤੁਸੀਂ ਖੁਦ ਦੇ ਕੇ ਗਏ ਹੋ? ਬਿਲਕੁਲ ਦੇ ਕੇ ਗਏ ਹਾਂ, ਤੇ ਅਸੀਂ ਤਾਂ ਜਾਣ ਤੋਂ ਵੱਧ ਸ਼ਾਇਦ ਤੁਹਾਡੇ ਆ ਜਾਈਏ। ਠੀਕ ਹੈ, ਐ ਨੇ ਬਾਬਰ ਸਾਹਿਬ ਇਹਨਾਂ ਨੂੰ ਆਖਿਆ ਕਿ ਜਨਾਬ ਤੁਹਾਡਾ ਜਿਹੜਾ ਦਿਲ ਕਰਿਆ ਆਉਂਦੇ, ਤੁਸੀਂ ਸਾਨੂੰ ਕਦੇ ਉਂਝ ਦਿੱਤਾ ਨਹੀਂ। ਮੈਂ ਆਖਿਆ ਜਾਓ ਜਿਹੜਾ ਦਿਲ ਕਰਦਾ ਲੈ ਆਵੋ। ਬਿਲਕੁਲ ਜੀ, ਹੁਣ 50 ਕਬੂਤਰ ਨੇ ਮੇਰੇ ਕੋਲ ਜੋੜਿਆਂ ਵਾਲੇ, ਕਬੂਤਰੀਆਂ ਕਬੂਤਰ ਸਾਰੇ 50 ਹੋਣੇ ਨੇ ਤਕਰੀਬਨ। ਠੀਕ ਹੈ, ਅਤੇ ਇਹਨੂੰ ਆਖਿਆ ਕਿ ਜਿਹੜਾ ਤੇਰਾ ਦਿਲ ਕਰੇ ਨਾ ਉਹ ਲੈ ਆ, ਅਤੇ ਜੇ ਤੂੰ ਤੇਰੇ ਦਿਲ 'ਚ ਇਹ ਹੋਵੇ ਨਾ ਕਿ ਸਰ ਜੀ ਕੱਲ੍ਹ ਨੂੰ 2 ਮਹੀਨੇ ਨੂੰ ਮੈਨੂੰ ਆਖਣ ਦੇ ਲਿਆ, ਤੂੰ ਹੁਣ ਦੇ ਅਤੇ ਉਹ ਜੁਰਮਾਨਾ ਰੱਖ ਲਵੇ। ਹਾਂਜੀ ਬਾਬਰ ਭਾਈ, ਫੈਸਲਾ।
ਭਾਈ ਉਦੋਂ ਨਹੀਂ ਕੋਈ ਨੇੜੇ ਲੱਗਦਾ ਜਦੋਂ ਲੈ ਜੀ, ਉਸ ਤੋਂ ਬਾਅਦ ਜਦੋਂ ਅਗਲੇ ਲੈਣ ਆਉਂਦੇ ਉਦੋਂ ਨਹੀਂ ਕੋਈ ਨੇੜੇ। ਮੈਂ ਨਾ ਜੀ ਇਹ ਬੰਦੇ ਗਵਾਹ ਨੇ, ਔਰ ਦੋ ਬੰਦੇ ਆ ਜੀ ਖਲੋਤੇ ਨੇ, ਆ ਇੱਕ ਛੋਟਾ ਮਿਸਤਰੀ, ਆ ਇੱਕ ਇਹਨਾਂ ਦਾ ਭਾਈ ਨੇ ਬਾਬਾ ਸਾਹਿਬ ਦੇ, ਆ ਇੱਕ ਬਾਬਾ ਸਾਹਿਬ ਤੇ ਇੱਕ ਆ ਇੱਥੇ ਮਾਸ਼ਾਅੱਲਾ ਜੀ ਲੱਖ ਬੰਦਾ ਜਿਹੜਾ ਤੁਹਾਡਾ ਸਬਸਕ੍ਰਾਈਬਰ ਹੈ, ਮੈਂ ਨਾ ਲੱਖ ਬੰਦਾ ਜਿਹੜਾ ਤੁਹਾਡਾ ਸਬਸਕ੍ਰਾਈਬਰ ਹੈ ਉਹ ਵੀ ਇਸ ਚੀਜ਼ ਦਾ ਗਵਾਹ ਹੋਏਗਾ ਕਿ ਤੁਸੀਂ ਬੇਸ਼ੱਕ ਮੇਰੀ ਵੀਡੀਓ ਬਣਾ ਕੇ ਚੜ ਸਕਦੇ ਹੋ ਕਿ ਮਾਸਟਰ ਨੇ ਜਿੱਦਾਂ ਤੁਹਾਡੇ ਕੋਲ ਕੋਈ ਚੀਜ਼ ਮੰਗੀ। ਕਿਉਂ ਜੀ? ਮੈਂ ਮਾਸਟਰ ਤੋਂ ਮਾੜਾ ਵਾਂ, ਮੈਂ ਆਪਣੇ ਘਰ ਖੁਸ਼ ਹਾਂ। ਪਰਦੇਸੀ ਸਾਹਿਬ ਆਉਂਦਿਆਂ ਸਾਰ, ਮਾਸਟਰ ਸਾਹਿਬ ਭਰੀ ਆਉਂਦਿਆਂ ਸਾਰ, ਆਹ ਕਿੱਥੋਂ ਆਇਆ? ਮੈਂ ਤੈਨੂੰ ਪੁੱਛਿਆ ਬੱਚਾ ਕਿੱਥੋਂ ਆਇਆ, ਆਂਦਾ ਘਰੋਂ ਲਿਆਂਦਾ। ਮੈਂ ਕਿਹਾ ਬੱਚਾ ਕੱਢ ਦੇ, ਇਹਨੂੰ ਆਂਦੇ ਨੇ ਉਹ ਮੈਨੂੰ ਦੇ ਦੇ, ਉਹ ਮੇਰੇ ਤੋਂ ਹੋਰ ਲੈ ਲੈ ਮੈਨੂੰ ਦੇ ਦੇ, ਹੱਲੇ ਆਂਦੇ ਨੇ ਮੈਂ ਲੈਣਾ ਨਹੀਂ। ਵੇਖੋ ਜੀ ਮੈਂ ਆਫਰ ਕੀਤੀ ਹੈ ਨਾ, ਮੈਂ ਨਹੀਂ ਲਾਉਂਦਾ, ਤੂੰ ਹੁਣ ਨਹੀਂ ਲੈਣ ਦੇ, ਹੁਣ ਤੂੰ ਦੇ ਦੇ। ਪਹਿਲੇ ਉਹਨੂੰ ਪਸੰਦ ਆਇਆ, ਉਹਨੇ ਤੇਰੇ ਕੋਲ ਮੰਗ ਲਿਆ, ਤੂੰ ਮੰਗ ਲੈਂਦਾ ਨਾ ਉਹ ਮੰਗਦਾ ਤੇ। ਨਹੀਂ ਨਹੀਂ ਮੈਂ ਪਰਦੇਸੀ ਨੂੰ ਆਖਿਆ ਕਿ ਬਾਈ ਚਾ ਮੈਂ ਨਹੀਂ ਲੈਂਦਾ, ਤੂੰ ਲੈ ਆ, ਜੋੜਿਆਂ ਵਾਲਾ ਲੈ ਆ, ਜੋੜਿਆਂ ਵਾਲਾ ਲੈ ਆ, ਠੀਕ ਹੈ। ਤੇ ਜੇ ਤੂੰ ਨਹੀਂ ਲਿਆਉਣਾ ਤੇ ਫਿਰ ਬੱਚਾ ਦੇ ਦੇ। ਮਾਟ ਸਾਹਿਬ ਦਾ ਹੱਥ ਨਹੀਂ ਵੇਖਿਆ ਜਿੱਦਾਂ ਤੇਰੇ ਤੇ ਰੀਚਾ, ਤੈਨੂੰ ਪਤਾ ਲੱਗੇ ਫਿਰ ਇਹਨਾਂ ਅਜੇ ਨਹੀਂ ਨਾ, ਜੇ ਨਹੀਂ ਲੈਣਾ ਸਕੂਲੇ ਨਹੀਂ ਪੜਿਆ। ਓਕੇ ਹੈਲੋ ਪਰਦੇਸੀ, ਜੇ ਨਹੀਂ ਨਾ ਲੈਣਾ ਤੇ ਫਿਰ ਇਹ ਇਹ ਬੱਚਾ ਦੇ ਦੇ, ਹਾਂ ਬੱਚਾ ਦੇ ਦੇ, ਹਾਂ ਜੁਰਮਾਨਾ ਨਾ ਮੈਂ ਲੈਣਾ, ਤੂੰ ਨਾ ਲੈ ਹੁਣ, ਹੁਣ ਬੱਚਾ ਦੇ ਦੇ, ਮੈਂ ਦੇਣਾ। ਪਰਦੇ ਸਭ ਕਿਸੇ ਪਾਸੇ ਨਹੀਂ ਆ ਰਿਹਾ, ਇਹ ਮੈਨੂੰ ਲੱਗਦਾ ਜਦੋਂ ਦੇ ਅਲੀ ਭਾਈ ਹੋ ਗਏ ਨਾ ਉਦੋਂ ਦਾ ਡਰ ਗਿਆ। ਓ ਯਾਰ ਆਖਿਆ ਤਾਂ ਕੁਛ ਨਹੀਂ, ਇੱਕ ਆਮ ਜਿਹਾ ਕਬੂਤਰ ਇੱਕ ਲੈ ਗਿਆ ਨੇ ਤੇ ਤੁਸੀਂ ਇੰਨਾ ਇਸ਼ੂ ਬਣਾਉਣ ਡਏ ਹੋ। ਇਸ਼ੂ ਨਹੀਂ, ਅਬ ਆਮ ਜਿਹਾ ਕਬੂਤਰ ਦੀ ਨਹੀਂ ਪਰਦੇਸ਼ਾ। ਹਾਂਜੀ ਬੱਚੇ ਨਿੱਕੇ ਨਿੱਕੇ ਹਨ, ਕਿਹੜੇ ਕਿਹੜੇ ਐਡੇ ਐਡੇ, ਉਹ ਮਸਕੀਨ ਜੇ ਮੈਨੂੰ ਰੋਜ਼ ਰਾਤ ਨੂੰ ਜਾ ਕੇ ਪਾਲਣੇ ਪੈਂਦੇ ਨੇ। ਹਾਏ ਹਾਏ ਨਾਲ ਐਡੀ ਜਿਹੜੀ ਗੱਲ ਨਹੀਂ ਕਰੀ ਦੀ ਬਾਬਾ ਸਾਹਿਬ, ਕੋਈ ਗੱਲ ਨਹੀਂ, ਮੇਰੇ ਕੋਲ ਲੈ ਉਹ ਕਬੂਤਰ, ਤੁਹਾਨੂੰ ਬੱਚਿਆਂ ਦਾ, ਬੱਚੇ ਮੈਨੂੰ ਦੇ ਜਾਓ, ਮੈਂ ਉਹਨੂੰ ਪਾਲ ਲੈਣਾ ਜਦੋਂ ਪਾਲ ਕੇ ਲੈ ਜਾਇਆ ਜੀ। ਯਾਰ ਉਹਨਾਂ ਨੇ ਤਾਂ ਇੱਥੋਂ ਤੱਕ ਆਫਰ ਕਰਾਈ, ਉਹਨਾਂ ਕਹੇ ਬੱਚੇ ਵੀ ਦੇ ਦਿਓ, ਬੱਚੇ ਵੀ ਗਵਾ ਲਈਏ। ਮੈਂ ਤੇ ਇਹ ਆਨਾ ਪਿਆ ਜੇ ਤੁਹਾਨੂੰ ਬੱਚਿਆਂ ਦੀ ਹੈ ਨਾ ਟੈਨਸ਼ਨ, ਬੱਚੇ ਮੈਨੂੰ ਦੇ ਦਿਓ ਜਿੱਦਣ ਪਾਲ ਕੇ ਲੈ ਜਾਇਆ ਜੀ। ਅੱਛਾ ਮੈਨੂੰ ਨਹੀਂ ਦੇਣਾ, ਲਓ ਜੀ ਬਾਹਰ। ਪਰਦੇਸੀ ਸਾਹਿਬ ਲੱਠੇ ਕਿੱਥੇ ਹੀ ਹੈ? ਪਰਦੇਸੀ ਸਾਹਿਬ ਇਸ ਚੀਜ਼ ਦੇ ਤੁਸੀਂ ਗਵਾਹ ਹੋ? ਹਾਂਜੀ ਮੈਂ ਬਿਲਕੁਲ ਗਵਾਹ। ਉਹਨਾਂ ਆਖੇ ਜੇ ਕਿਸੇ ਨੂੰ ਦੇ ਦੇਣਾ ਤੁਹਾਨੂੰ ਨਹੀਂ ਕੋਈ ਦੇਣਾ? ਨਹੀਂ ਦੇਣਾ ਬਿਲਕੁਲ, ਠੀਕ ਹੈ। ਕੱਲ ਨੂੰ ਕੋਈ ਗੱਲ ਹੋਵੇ ਮੈਂ ਇੱਥੇ, ਮੈਨੂੰ ਪਹਿਲੇ ਸੱਦਿਆ ਫੋਨ ਕਰਕੇ, ਇਹ ਫਿਰ ਸਾਨੂੰ ਕਹਿ ਨਹੀਂ ਨਾ ਸਕਦਾ ਕਿ ਤੂੰ ਭਾਈ ਅਸੀਂ ਤੈਨੂੰ ਆ ਗੱਲ ਨਹੀਂ ਕੀਤੀ। ਨਹੀਂ ਮੈਂ ਤੁਹਾਡੇ ਤੋਂ ਲੈਣਾ ਹੀ ਨਹੀਂ, ਨਹੀਂ ਅਸਾਂ ਤੈਨੂੰ ਦੇਣਾ ਵੀ ਨਹੀਂ ਹੁਣ, ਨਾ ਹੁਣ ਨਹੀਂ ਲੈਣਾ, ਹੁਣ ਤੁਹਾਡਾ ਲੈਣ ਦੇਣ ਖਤਮ ਹੋ ਗਿਆ। ਦੇਣ ਲੈਣ ਕਬੂਤਰ ਬਾਜ਼ ਚ ਦੇਣ ਲੈਣ ਨਾ ਕਰੋ, ਲੜਾਈ ਦਾ ਨੇਰਾ ਫਸਾਦ ਦੀ। ਠੀਕ ਹੈ ਜੀ, ਤੁਹਾਡਾ ਸਾਡਾ ਲੈਣ ਦੇਣ ਵਿੱਚ ਖਤਮ ਖਤਮ, ਜਿਹੜੇ ਤੁਹਾਡੇ ਮੈਂ ਲਾਲ ਅੱਖਾਂ ਵਾਲੇ ਜਾਂ ਫਲਾਣੇ ਜਾਂ ਢੀਂਗਰੇ ਉਤੋਂ ਡਾਡਾ ਘੱਲੇ ਨਾ ਉਹ ਵਾਪਸ ਦੇ ਦਿਓ। ਨਹੀਂ ਹੁਣ ਤੋਂ ਫੜਨ ਪੜਾਈ ਸ਼ੁਰੂ। ਲੋ ਪਰਦੇਸੀ ਸਾਹਿਬ ਇਹ ਨਾਲ ਮੇਰਾ ਬੱਚਾ ਜਾਂਦਾ ਹੁੰਦਾ ਸੀ, ਹਾਂਜੀ ਸਿਆਲਕੋਟੀ ਜਾਂਦਾ ਹੁੰਦਾ ਸੀ, ਆ ਫੜ ਕੇ ਡਾਂਦੇ ਹੁੰਦੇ ਸਨ। ਜਿਸ ਦਿਨ ਇਹਨਾਂ ਨੂੰ ਮੈਂ ਬੋਲ ਦਿੱਤਾ ਸੀ ਨਾ ਆ ਗਿਆ ਤੇ ਨਾ ਦੇ ਆ ਜੇ, ਉਸ ਦਿਨ ਤੋਂ ਬਾਅਦ ਮੈਨੂੰ ਦੱਸੋ ਗਿਆ ਅਸੀਂ ਫਿਰ ਵੀ ਡਾਸ਼ਣਾ ਨਾ ਜਾ ਟੁਰ ਜਾ, ਐਡਾ ਬੱਚਾ ਨਹੀਂ ਸਾਨੂੰ ਚਾਹੀਦਾ ਜਿਹੜਾ ਹਰ ਰੋਜ਼ ਆ ਜਾਂਦਾ ਹੈ। ਓਏ ਉਹ ਦਾਣੇ ਦੇ ਮਿੱਠੇ ਸਨ, ਮਿੱਠੇ ਹਨ ਖਾ ਹੋ ਧੋ ਕੇ ਦਾ ਸਰਜੀ ਸਾਹਿਬ ਆਂਦੇ ਨਾ। ਨਹੀਂ ਪਰਦੇਸੀ ਸਾਹਿਬ ਉਸ ਤੋਂ ਬਾਅਦ ਨਹੀਂ, ਲਓ ਜੀ ਜਨਾਬ ਅਸੀਂ ਮੈਂ ਨਾ ਤੁਸੀਂ ਟੈਨਸ਼ਨ ਨਾ ਲਵੋ, ਅਸੀਂ ਤੁਹਾਡਾ ਕੋਈ ਪਰਿੰਦਾ ਤੁਹਾਡੇ ਕੋਲ ਅੱਜ ਤੱਕ ਮੰਗਣਾ ਨਹੀਂ ਹੈ। ਹਾਂਜੀ ਬਿਲਕੁਲ ਜੀ ਬਿਲਕੁਲ, ਨਹੀਂ ਮੈਂ ਨਾ ਕਨਫਰਮ ਹੋ ਗਿਆ। ਵਜ਼ਾਹਤ ਇਹ ਕਰ ਰਹੇ ਕਿ ਬਾਬਰ ਸਾਹਿਬ ਨਵੇਂ ਖੁੱਡੇ ਬਣਾ ਰਹੇ ਨੇ ਤੇ ਦੋ ਬੰਦੇ ਸੀ ਖਲੋਤੇ ਆ ਤੇ ਸਾਨੂੰ ਇਹਨਾਂ ਕੋਈ ਬੋਤਲ ਵੀ ਨਹੀਂ ਪਿਆਈ। ਬੋਤਲ ਉਹ ਆਂਦਾ ਮੈਂ ਕੋ ਦੋ ਬੰਦੇ ਨਾਲ ਰੱਖਨੇ ਸਪੈਸ਼ਲ ਆਪਣਾ ਕਬੂਤਰ ਬਣਾਉਣ ਵਾਸਤੇ, ਦੋ ਨਾਲ ਰੱਖਨੇ ਨੇ ਜੀ, ਦੋ ਨਾਲ ਬਾਡੀਗਾਰਡ ਰੱਖਨੇ ਭਾਈ। ਤੁਸੀਂ ਸਾਹਿਬ ਤੁਸੀਂ ਬੋਤਲ ਲੈ ਕੇ ਆਓ। ਨਹੀਂ ਬੋਤਲ ਨਹੀਂ ਪੀਣੀ। ਕੀ ਖਾਣੇ ਨੇ? ਹਾਏ ਓਏ ਲੱਭਦੀ ਹੋਵੇ ਨਾ ਤੇ ਖਾ ਲਈ ਦੀ ਹੁੰਦੀ ਹੈ। ਲਓ ਜੀ ਪਰਦੇਸੀ ਸਾਹਿਬ ਚੱਲਣ ਬੋਤਲ, ਤੁਸੀਂ ਬਾਕੀ ਪੈਸੇ ਮੇਰੇ ਕੋਲ ਫੜੋ ਨਾ, ਉੱਥੋਂ ਕੇਕ ਲਿਆਓ ਨਾ, 32 ਰੁਪਏ ਬਚੇ ਨੇ।
ਠੀਕ ਹੈ ਦੋਸਤੋ, ਵੀਡੀਓ ਲਾਈਕ ਕਰ ਸ਼ੇਅਰ ਲਾਜ਼ਮੀ ਕਰ ਮਿਲਦੇ ਹਾਂ ਨੈਕਸਟ ਵੀਡੀਓ ਮੇਂ, ਤਬ ਤੱਕ ਕੇ ਲਿਏ ਅੱਲਾਹ ਹਾਫਿਜ਼।